ਲੈ ਸੋਨੇ ਅੱਜ ਕੱਲ ਮਹਿਮਾਨ ਬੜੇ ਆਉਂਦੇ ਨੇ ਤੇ ਖਰਚਾ ਬਹੁਤ ਜ਼ਿਆਦਾ ਆਉਂਦੇ ਆ। ਮੈਨੂੰ ਲੱਗਦਾ ਸਾਨੂੰ ਕੋਈ ਕੋਡ ਵਾਲਾ ਰੱਖ ਲੈਣਾ ਚਾਹੀਦਾ ਜਿਨ੍ਹਾਂ ਦਾ ਸਾਡਾ ਖਰਚਾ ਬਚੇ। ਜਦੋਂ ਵੀ ਕੋਈ ਮਹਿਮਾਨ ਆਏਗਾ ਮੈਂ ਤੈਨੂੰ ਆਖਾਂਗਾ ਘੰਟੂ ਉਰਾ ਤੇ ਤੂੰ ਪੂਰਾ ਘੰਟਾ ਲਾ ਕੇ ਆਣਾ, ਇੰਨੇ ਚਿਰ ਚ ਮਹਿਮਾਨ ਵੀ ਨਾ ਆਜੇਗਾ, ਠੀਕ ਹੈ ਨਾ। ਸਲਾਮ ਅਲੈਕਮ ਭਾਈ। ਲੋ ਖਾਜਾ ਸਾਹਿਬ ਆਏ ਨੀ ਫਿਰ ਸਿੱਧਾ ਹੋ ਜਾ। ਮਾਸ਼ਾਅੱਲਾ ਮੇਰੇ ਖਾਜਾ ਸਾਹਿਬ ਆਏ ਨੇ ਇੰਨਾ ਦਿਨਾਂ ਬਾਅਦ। ਖਾਜਾ ਸਾਹਿਬ ਚਾਹ ਹੋ ਜੇ ਅੱਜ ਫਿਰ। ਲਾ ਇਸ ਕਾ ਮਤਲਬ ਵੀ ਕੋ ਨਾ ਆਵੇ, ਤੂੰ ਮੰਗਵਾ ਫਟਾਫਟ ਉਹ ਪਰੌਣਾ ਵਾ ਤੁਹਾਡਾ ਖਾ ਪੀ ਕੇ ਜਾਵਾਂਗਾ। ਲੋ ਜੀ ਉਹਨੇ ਮੰਗਾ ਲੈਨੇ ਆ। ਉਹ ਘੰਟੂ ਰਾ ਓਏ ਉਰਾ ਜਲਦੀ ਕਰ ਜਰਾ ਜਾ। ਘੰਟੂ ਆ ਇੱਥੇ ਜਨਾਹ ਚੌਂਕ ਤੇ ਇੰਜੀਨੀਅਰ ਸਾਹਿਬ ਚਾਹ ਲਿਆ ਨੇ ਨਾ, ਉਹਨਾਂ ਕੋਲ ਇੱਕ ਕੱਪ ਚਾਹ ਲੈ ਕੇ ਆ। ਜਾ ਗਾਓ ਫਟਾਫਟ ਕਰ ਛੇਤੀ ਆਈ। ਭਾਈ ਬਿਲਾਲ ਘੰਟੂ ਕੀ ਨਾ ਹੋਇਆ? ਉਹ ਖਾਜਾ ਸਾਹਿਬ ਛੱਡੋ ਇਸ ਗੱਲ। ਚੱਲ ਹਾਂ ਖਾਜਾ ਜਿੱਥੇ ਲਮਕੇਗਾ ਚਾਹ ਨੀ ਪੀਣ ਲੱਗਾ ਤੂੰ ਅੱਜ। ਯਾਰ ਘੰਟਾ ਹੋ ਗਿਆ, ਮੁੰਡਾ ਕਿਤੇ ਰਹਿ ਗਿਆ? ਖਾਜਾ ਸਾਹਿਬ ਮੈਨੂੰ ਲੱਗਦਾ ਮੁੰਡਾ ਕਿਤੇ ਹੋਰ ਹੀ ਪਾਸੇ ਨਿਕਲ ਗਿਆ ਜੇ। ਤੁਸੀਂ ਇੱਕ ਕੰਮ ਕਰੋ ਹਾਂ, ਜਿਹੜਾ ਕੋਈ ਤੁਹਾਨੂੰ ਕੰਮ ਹੈ ਤੁਸੀਂ ਉਹ ਪਹਿਲਾਂ ਨਿਬੇੜੋ ਹਾਂ, ਤੇ ਫਿਰ ਕਿਸੇ ਦਿਨ ਮੁਲਾਕਾਤ ਕਰਨੀ ਆ ਤੇ ਇੰਜੀਨੀਅਰ ਸਾਹਿਬ ਕੋ ਜਾ ਕੇ ਚਾਹ ਸ਼ਾਹ ਪੀ ਕੇ ਆਵਾਂਗੇ। ਨਹੀਂ ਨਹੀਂ, ਜਦੋਂ ਕੋਈ ਮਹਿਮਾਨ ਆਉਂਦਾ ਖਾ ਪੀ ਕੇ ਜਾਂਦਾ। ਲੋ ਆ ਗਿਆ ਜੀ ਮੁੰਡਾ। ਹਾਂ ਬਈ ਸੋਹਣਿਆ, ਲੱਭੀ ਚਾਹ ਕੇ ਨਹੀਂ? ਭਾਈ ਮੈਂ ਤੇ ਸਾਰੀਆਂ ਜਗ੍ਹਾ ਫੇਰ ਆਇਆ ਵਾਂ, ਮੈਨੂੰ ਤੇ ਕੋਈ ਚਾਹ ਦਾ ਖੋਖਾ ਲੱਭਾ ਹੀ ਨਹੀਂ। ਲੋ ਖਾਜਾ ਸਾਹਿਬ ਚਾਹ ਤਾਂ ਨਹੀਂ ਜੇ ਫਿਰ ਮਿਲੀ, ਹੁਣ ਫਿਰ ਕੀ ਕਰੀਏ? ਤੂੰ ਇੰਜ ਘਰ ਨਹੀਂ ਲਿਆਉਂਦਾ ਤੇ ਨਾ ਸਹੀ, ਉਹਨੂੰ ਬੋਤਲ ਪਿਆ ਤੂੰ ਮੈਂ ਪੀ ਕੇ ਜਾਣੀ ਆ। ਅੱਛਾ ਜੀ, ਜਾ ਸਟਿੰਗ ਦੀ ਬੋਤਲ ਲਿਆ ਆਏ ਨਹੀਂ ਮਗਰੋਂ ਲੈਣਾ। ਲਓ ਜੀ ਫਿਰ।